ਜੇ ਅੱਜ ਮੈਂ ਤੁਹਾਨੂੰ ਇੱਕ ਫੂਡ ਐਂਡ ਸਿਵਲ ਸਪਲਾਈਜ਼ ਮਹਿਕਮੇ ਦੀ ਇੱਕ ਗੱਲ ਦੱਸ ਦੇਣਾ, ਇਹਨੇ ਕੋ ਸਿੰਗਲਾ ਲਾਇਆ, ਦੇਖੋ ਬਿੱਲਾ ਰੱਖਤਾ ਦੁੱਧ ਦੀ ਰਖਾਲੀ ਲਈ, ਉਹ ਚੀਫ ਵਿਜੀਲੈਂਸ ਕਮਿਸ਼ਨਰ ਲਾਇਆ, ਉਹਦੇ ਖਿਲਾਫ ਸੀਰੀਅਸ ਆਰੋਪ ਨੇ ਪਹਿਲਾਂ, ਔਰ ਉਹਨੂੰ ਸਾਰੇ ਕੰਮ 'ਚੋਂ ਕਲੀਨ ਚਿੱਟ ਦੇ ਕੇ, ਜਦਕਿ ਆਈ ਕੈਪਸ ਨੇ ਇੱਕ ਆਈ ਐਸ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਨੇ ਉਹਨਾਂ ਇਸ ਸਿੰਗਲੇ ਦੇ ਖਿਲਾਫ ਇਨਕੁਆਇਰੀ ਕੀਤੀ ਸੀ, ਇਹਨੂੰ ਚਾਰਜਸ਼ੀਟ ਕੀਤਾ ਸੀ ਅਤੇ ਕਿਹਾ ਸੀ ਇਹਦਾ ਪਾਸਪੋਰਟ ਜ਼ਬਤ ਕਰ ਲਓ, ਇਹਨੇ ਭੱਜ ਜਾਣਾ ਬਾਹਰ। ਸੋ ਇਹਨੇ ਭਾਰਤ ਭੂਸ਼ਣ ਆਸ਼ੂ ਨੇ ਉਹਨੂੰ ਆਪਦੀ ਜਿਹੜੀ ਇੱਕ ਵਿਜੀਲੈਂਸ ਕਮੇਟੀ ਹੁੰਦੀ ਹੈ ਮਹਿਕਮੇ ਦੀ, ਉਹਦਾ ਹੈੱਡ ਬਣਾਤਾ, ਸੈਕਟਰੀ ਲਿਖ ਰਿਹਾ ਕਿ ਇਹਦਾ ਪਾਸਪੋਰਟ ਜ਼ਬਤ ਕਰੋ, ਇਹਨੇ ਭੱਜ ਜਾਣਾ, ਅਤੇ ਮੰਤਰੀ ਉਹਨੂੰ ਦੁੱਧ ਦੀ ਰਖਵਾਲੀ ਲਈ ਉਹਨੂੰ ਬਿੱਲੇ ਨੂੰ ਬਿਠਾਉਣ ਡਿਆ। ਔਰ ਅੱਜ ਮੈਂ ਇਮਾਨਦਾਰੀ ਨਾਲ ਕਹਿੰਦਾ, ਅੱਜ ਕਿਸੇ ਸਿਟਿੰਗ ਜੱਜ ਦੀ ਇਨਕੁਆਇਰੀ ਹੋ ਜੇ, ਘੱਟੋ ਘੱਟ 5,000 ਕਰੋੜ ਦਾ ਘਪਲਾ ਇੱਕ ਮਹਿਕਮੇ 'ਚੋਂ, ਫੂਡ ਐਂਡ ਸਿਵਲ ਸਪਲਾਈ 'ਚੋਂ, ਜਿਹੜੇ ਗਰੀਬਾਂ ਦੀ ਕਣਕ ਖਾਣ ਦਾ, ਬਾਹਰੋਂ ਫਸਲ ਸਸਤੀ ਲੈ ਕੇ ਪੂਰੇ ਰੇਟ 'ਤੇ ਬਿੱਲ ਕਰਾਉਣ ਦਾ, ਸ਼ੈਲਰਾਂ ਦੇ ਨਾਲ ਹੇਰਾਫੇਰੀ ਦਾ, ਆ ਬਾਰਦਾਨੇ ਦੀ ਹੇਰਾਫੇਰੀ ਦਾ, ਪਲਿੰਥਾਂ ਦੀ ਹੇਰਾਫੇਰੀ ਦਾ, ਅਫਸਰਾਂ ਨੂੰ ਗਲਤ ਚਾਰਜ ਦੇ ਕੇ ਫਸਲ ਐਨ ਗਾਇਬ ਹੀ ਕਰਦੇ ਨਹੀਂ ਰਾਤੋ ਰਾਤ। ਕਿੱਥੇ ਉਹ ਜਲਾਲ, ਉਹ ਜਿਹੜਾ ਉਹ ਇਹਨਾਂ ਦਾ ਹੈਗਾ, ਉਹ MLA ਮਦਨ ਲਾਲ ਜਲਾਲਪੁਰਾ ਦਾ ਭਾਂਜਾ ਅੱਜ ਤੱਕ ਨਹੀਂ ਲੱਭਿਆ, ਕੋਠੀ ਵੀ ਵੇਚ ਗਿਆ, ਸਭ ਕੁਝ ਵੇਚ ਗਿਆ, ਇਹਨਾਂ ਨੂੰ ਲੱਭ ਹੀ ਨਹੀਂ ਰਿਹਾ। ਮਦਨ ਲਾਲ ਜਲਾਲਪੁਰੇ ਨੇ 2 ਘਲਾਉਣ ਡੰਡੇ ਦੇ ਸਵੇਰੇ ਦਾ, ਤੂੰ ਕਿੱਥੇ। ਜੇ ਅੱਜ ਮੈਂ ਤੁਹਾਨੂੰ ਇੱਕ ਫੂਡ ਐਂਡ ਸਿਵਲ ਸਪਲਾਈਜ਼ ਮਹਿਕਮੇ ਦੀ ਇੱਕ ਗੱਲ ਦੱਸ ਦੇਣਾ, ਇਹਨੇ ਕੋ ਸਿੰਗਲਾ ਲਾਇਆ, ਦੇਖੋ ਬਿੱਲਾ ਰੱਖਤਾ ਦੁੱਧ ਦੀ ਰਖਾਲੀ ਲਈ, ਉਹ ਚੀਫ ਵਿਜੀਲੈਂਸ ਕਮਿਸ਼ਨਰ ਲਾਇਆ, ਉਹਦੇ ਖਿਲਾਫ ਸੀਰੀਅਸ ਆਰੋਪ ਨੇ ਪਹਿਲਾਂ, ਔਰ ਉਹਨੂੰ ਸਾਰੇ ਕੰਮ 'ਚੋਂ ਕਲੀਨ ਚਿੱਟ ਦੇ ਕੇ, ਜਦਕਿ ਆਈ ਕੈਪਸ ਨੇ ਇੱਕ ਆਈ ਐਸ ਅਫਸਰ ਨੇ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਨੇ ਉਹਨਾਂ ਇਸ ਸਿੰਗਲੇ ਦੇ ਖਿਲਾਫ ਇਨਕੁਆਇਰੀ ਕੀਤੀ ਸੀ, ਇਹਨੂੰ ਚਾਰਜਸ਼ੀਟ ਕੀਤਾ ਸੀ ਅਤੇ ਕਿਹਾ ਸੀ ਇਹਦਾ ਪਾਸਪੋਰਟ ਜ਼ਬਤ ਕਰ ਲਓ, ਇਹਨੇ ਭੱਜ ਜਾਣਾ ਬਾਹਰ। ਸੋ ਇਹਨੇ ਭਾਰਤ ਭੂਸ਼ਣ ਆਸ਼ੂ ਨੇ ਉਹਨੂੰ ਆਪਦੀ ਜਿਹੜੀ ਇੱਕ ਵਿਜੀਲੈਂਸ ਕਮੇਟੀ ਹੁੰਦੀ ਹੈ ਮਹਿਕਮੇ ਦੀ, ਉਹਦਾ ਹੈੱਡ ਬਣਾਤਾ, ਸੈਕਟਰੀ ਲਿਖ ਰਿਹਾ ਕਿ ਇਹਦਾ ਪਾਸਪੋਰਟ ਜ਼ਬਤ ਕਰੋ, ਇਹਨੇ ਭੱਜ ਜਾਣਾ, ਅਤੇ ਮੰਤਰੀ ਉਹਨੂੰ ਦੁੱਧ ਦੀ ਰਖਵਾਲੀ ਲਈ ਉਹਨੂੰ ਬਿੱਲੇ ਨੂੰ ਬਿਠਾਉਣ ਡਿਆ। ਔਰ ਅੱਜ ਮੈਂ ਇਮਾਨਦਾਰੀ ਨਾਲ ਕਹਿੰਦਾ, ਅੱਜ ਕਿਸੇ ਸਿਟਿੰਗ ਜੱਜ ਦੀ ਇਨਕੁਆਇਰੀ ਹੋ ਜੇ, ਘੱਟੋ ਘੱਟ 5,000 ਕਰੋੜ ਦਾ ਘਪਲਾ ਇੱਕ ਮਹਿਕਮੇ 'ਚੋਂ, ਫੂਡ ਐਂਡ ਸਿਵਲ ਸਪਲਾਈ 'ਚੋਂ, ਜਿਹੜੇ ਗਰੀਬਾਂ ਦੀ ਕਣਕ ਖਾਣ ਦਾ, ਬਾਹਰੋਂ ਫਸਲ ਸਸਤੀ ਲੈ ਕੇ ਪੂਰੇ ਰੇਟ 'ਤੇ ਬਿੱਲ ਕਰਾਉਣ ਦਾ, ਸ਼ੈਲਰਾਂ ਦੇ ਨਾਲ ਹੇਰਾਫੇਰੀ ਦਾ, ਆ ਬਾਰਦਾਨੇ ਦੀ ਹੇਰਾਫੇਰੀ ਦਾ, ਪਲਿੰਥਾਂ ਦੀ ਹੇਰਾਫੇਰੀ ਦਾ, ਅਫਸਰਾਂ ਨੂੰ ਗਲਤ ਚਾਰਜ ਦੇ ਕੇ ਫਸਲ ਐਨ ਗਾਇਬ ਹੀ ਕਰਦੇ ਨਹੀਂ ਰਾਤੋ ਰਾਤ। ਕਿੱਥੇ ਉਹ ਜਲਾਲ, ਉਹ ਜਿਹੜਾ ਉਹ ਇਹਨਾਂ ਦਾ ਹੈਗਾ, ਉਹ MLA ਮਦਨ ਲਾਲ ਜਲਾਲਪੁਰਾ ਦਾ ਭਾਂਜਾ ਅੱਜ ਤੱਕ ਨਹੀਂ ਲੱਭਿਆ, ਕੋਠੀ ਵੀ ਵੇਚ ਗਿਆ, ਸਭ ਕੁਝ ਵੇਚ ਗਿਆ, ਇਹਨਾਂ ਨੂੰ ਲੱਭ ਹੀ ਨਹੀਂ ਰਿਹਾ। ਮਦਨ ਲਾਲ ਜਲਾਲਪੁਰੇ ਨੇ 2 ਘਲਾਉਣ ਡੰਡੇ ਦੇ ਸਵੇਰੇ ਦਾ, ਤੂੰ ਕਿੱਥੇ।